ਉਨੀਆ ਭਰ ਵਿੱਚ ਵਸਦੇ 5 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਪੁਲੇਖਾ ਟੀਵੀ ਤੁਹਾਡਾ ਮਨਪਸੰਦ ਪੁਲੇਖਾ ਟੀਵੀ ਜੋ ਪੁਲੇਖਾ ਨਹੀਂ ਪੰਦਾ ਰਹਿ ਪੰਦਾ ਹੈ ਤੇ ਉਸ ਪੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ ਤੁਸੀਂ ਸੁਣਿਆ ਤੇ ਹੋਣਾ ਜੇ ਨਹੀਂ ਸੁਣਿਆ ਤੇ ਹੁਣ ਸੁਣ ਲਓ ਕਿ ਇਹ ਕੀ ਹੈ ਇਹ ਨੂੰ ਕਹਿੰਦੇ ਨੇ ਦਸਤ ਉਹ ਨੇੜੇ ਵਾਲਾ ਨਹੀਂ ਤੇ ਇੱਕ ਹੁੰਦਾ ਗੀਰ ਜਿਵੇਂ ਕੈਨਗੀਰ ਰਸਾਗੀਰ ਪਨਾਗੀਰ ਇਸੇ ਤਰੀਕੇ ਦੇ ਨਾਲ ਜਿਹੜੀ ਹਾਈ ਜੈਂਟਰੀ ਦੇ ਲੋਕ ਹੁੰਦੇ ਨੇ ਉਹ ਪੂਰੇ ਬਣ ਜਾਂਦੇ ਨੇ ਦਸਤਗੀਰ ਤੇ ਸਾਡੇ ਰੰਗੇ ਮਾੜੇ ਬੰਦੇ ਜਾਂ ਕੈਨਗੀਰ ਹੁੰਦੇ ਨੇ ਜਾਂ ਕਫਗੀਰ ਹੁੰਦੇ ਨੇ ਜਾਂ ਪਨਾਗੀਰ ਹੁੰਦੇ ਨੇ ਇਹ ਗੱਲ ਅਸਲੀ ਚੇਤੇ ਆ ਗਈ ਕਿ ਕੱਲ ਵੇਖ ਰਿਹਾ ਸਾਂ ਟੀਵੀ ਤੇ ਉੱਥੇ ਫਰਮਾ ਰਹੇ ਸਨ ਦਸਤਗੀਰ ਸਾਹਿਬ ਕਿ ਅਸੀਂ ਫਿਊਲ ਐਡਜਸਟਮੈਂਟ ਜਿਹੜੀ ਹੈ ਉਹ ਮਾਫ ਨਹੀਂ ਕੀਤੀ ਬਲਕਿ ਉਸ ਨੂੰ ਮੁਖਰ ਕੀਤਾ ਹੈ ਯਾਨੀ ਜਿਹੜੇ ਬਿਜਲੀ ਦੇ ਬਿੱਲ ਆਣਗੇ ਬਿੱਲ ਵੇਖ ਕੇ ਯਾਦ ਇਹ ਤੁਹਾਨੂੰ 1122 ਨੂੰ ਬੁਲਾਣਾ ਪਏਗਾ ਜਾਂ ਫਿਰ ਨਾ ਬੁਲਾਇਆ ਤੇ ਵੀ ਹੋ ਸਕਦਾ ਹੈ ਤੁਸੀਂ ਕੋਮੇ ਚਲੇ ਜਾਓ ਤੇ ਇਸ ਲਈ ਉਹਨਾਂ ਨੇ ਆਖਿਆ ਕਿ ਮੈਂ ਥੋੜਾ ਜਿਆ ਰਿਲੀਫ ਦੇ ਦਿਆਂ ਵਫਾਕੀ ਵਜ਼ੀਰ ਤਵਾਨਾਈ ਨੇ ਜਨਾਬ ਖਰਮ ਦਸਤਗੀਰ ਸਾਹਿਬ ਨੇ ਉਹਨਾਂ ਨੇ ਆਖਿਆ ਫਿਕਰ ਨਾ ਕਰੋ ਕਿ ਅਸੀਂ ਫਿਊਲ ਐਡਜਸਟਮੈਂਟ ਜਿਹੜਾ ਹੈ ਉਹ ਬਫ ਨਹੀਂ ਕੀਤਾ ਮੁਖਰ ਕੀਤਾ ਤੇ لہذا ਇਹ ਅਸੀਂ ਸਤੰਬਰ ਤੋਂ ਲੈ ਕੇ ਅਗਲੇ ਵਰੇ ਦੇ ਮਾਰਚ ਤੱਕ ਇਹਨੂੰ ਵਸੂਲ ਕਰ ਲਾਂਗੇ ਇਹ ਗੱਲ ਸੁਣ ਕੇ ਚੇਤੇ ਆ ਗਿਆ ਤੁਸੀਂ ਵੀ ਸੁਣਿਆ ਹੋਣਾ ਨਹੀਂ ਸੁਣਿਆ ਤੇ ਹੁਣ ਸੁਣ ਲਓ ਉਹ ਕਹਿੰਦੇ ਨੇ ਨਾ ਕਿ ਟਾਂਗਾ ਆ ਗਿਆ ਕਚਹਿਰੀਆਂ ਖਾਲੀ ਤੇ ਸਜਣਾ ਨੂੰ ਕੈਦ ਬੋਲ ਗਈ ਟਾਂਗਾ ਆ ਗਿਆ ਕਚਹਿਰੀਆਂ ਖਾਲੀ ਤੇ ਸਜਣਾ ਨੂੰ ਕੈਦ ਬੋਲ ਪਈ ਹੁਣ ਇਹ ਇੱਕ ਬਾ ਮਹਾਵਰਾ ਸلیس ਤਰਜਮਾ ਜਿਹੜਾ ਹੈ ਉਹ ਇਸੇ ਗੱਲ ਦਾ ਹੈ ਜਿਹੜੀ ਗੱਲ ਖੁਰਮ ਦਸਤਗੀਰ ਸਾਹਿਬ ਨੇ ਫਰਮਾਈ ਹੈ ਕਿ ਅਸੀਂ ਫਿਊਲ ਐਡਜਸਟਮੈਂਟ ਜਿਹੜੀ ਹੈ ਉਹ ਮਾਫ ਨਹੀਂ ਕੀਤੀ ਖਤਮ ਨਹੀਂ ਕੀਤੀ ਬਲਕਿ ਮੋਖਰ ਕਰਤੀ ਹੈ ਤੇ ਯਾਰ ਮਨੂੰ ਇੰਜ ਲੱਗਦਾ ਹੈ ਕਿ 1947 ਤੋਂ ਲੈ ਕੇ ਹੁਣ ਤਾਈਂ ਹਰਸ਼ਾ ਜਿਹੜੀ ਹੈ ਉਹ ਮਾਫ ਨਹੀਂ ਹੋਈ ਮੋਖਰ ਹੋਈ ਹੈ ਭੁੱਖ ਵੇਖ ਲਓ ਕਿ ਉਦੋਂ ਤੋਂ ਲੈ ਕੇ ਹੁਣ ਤਾਈਂ ਭੁੱਖ ਜਿਹੜੀ ਹੈ ਉਹ ਮਾਫ ਨਹੀਂ ਹੋਈ ਮੋਖਰ ਹੋਈ ਹੈ ਰੋਟੀ ਕਪੜਾ ਮਕਾਨ ਜਿਹੜਾ ਉਹ ਮਾਫ ਨਹੀਂ ਹੋਇਆ ਮੋਖਰ ਹੋਇਆ ਤੁਹਾਡੀਆਂ ਸਹੂਲਿਆਤ ਨੇ ਐਜੂਕੇਸ਼ਨ ਦੀਆਂ ਜਿਹੜੀਆਂ ਸਹੂਲਿਆਤ ਨੇ ਉਹ ਮਾਫ ਨਹੀਂ ਹੋਈਆਂ ਮੋਖਰ ਹੋਈਆਂ ਨੇ ਹੁਣ ਗੱਲ ਕੁਝ ਗੜਬੜ ਜੀ ਹੋ ਗਈ ਇਹ ਲੱਗਦਾ ਜਿਵੇਂ ਕਿਤਾਬੇ ਦੇ ਵਿੱਚ ਨਹੀਂ ਵੰਡਰ ਲਾਓ ਤੇ ਕਿਹੜੇ ਪਾਸੇ ਤੋੜੀ ਗਈ ਤੇ ਕਿਹੜੇ ਪਾਸੇ ਖਲ ਗਈ ਤੇ ਕਿਹੜੇ ਪਾਸੇ ਓੜੇਵੇਂਗਾ ਕਿ ਇਹ ਜਿਹੜੇ ਵਡੇ ਲੋਕ ਨੇ ਹਾਈ ਜੈਂਟਰੀ ਦੇ ਲੋਕ ਨੇ ਇਹ ਮਾਫ ਨਹੀਂ ਕਰਦੇ ਇਹ ਮੋਖਰ ਕਰਦੇ ਨੇ ਤੇ ਸਾਡੇ ਰਗੇ ਕੈਨਗਿਰ ਕਿਸਮ ਦੇ ਲੋਕ ਕਫਗਿਰ ਕਿਸਮ ਦੇ ਲੋਕ ਪਨਾਗਿਰ ਕਿਸਮ ਦੇ ਲੋਕ ਖੁਸ਼ ਹੋ ਜਾਂਦੇ ਆ ਕਿ ਚਲੋ ਯਾਰ ਫਿਲਹਾਲ ਤੇ ਸਰੇ 10 ਜਾਨ ਛੁੱਟ ਗਈ ਅੱਗੇ ਫਿਰ ਰੱਬ ਮਾਲਕ ਹੈ ਕਿ ਉਹਨਾਂ ਨੇ ਹਰ ਸਹੂਲਤ ਦਿੱਤੀ ਹੈ 47 ਤੋਂ ਲੈ ਕੇ ਹੁਣ ਤਾਈ ਉੱਚ ਟੀਸੀ ਵਾਲਿਆਂ ਨੇ ਪਬਲਿਕ ਨੂੰ ਹਰ ਸਹੂਲਤ ਦਿੱਤੀ ਹੈ ਔਰ ਨਾਲ ਹੀ ਫਰਮਾ ਦਿੱਤਾ ਹੈ ਕਿ ਇਹ ਅਸੀਂ ਕੈਨਸਲ ਨਹੀਂ ਕੀਤੀ ਇਹਨੂੰ ਖਤਮ ਨਹੀਂ ਕੀਤਾ ਬਲਕਿ ਮੋਖਰ ਕਰਤਾ ਹੈ ਪਰ ਯਾਰ ਰੋਲਾ ਕੁਝ ਹੋਰ ਹੈ ਕਿ ਉਤਨੇ ਆਦੇ ਕਹਿਨ ਦੇ ਬਰਖਸ ਸੂਰਤੇ ਹਾਲ ਜਿਹੜੇ ਜਿਹਨੂੰ ਅਸੀਂ ਕਹਿੰਦੇ ਗਰਾਉਂਡ ਰਿਐਲਿਟੀਆਂ ਜਾਂ ਜ਼ਮੀਨੀ ਹਕਾਇਕ ਜਿਹੜੇ ਨੇ ਉਹ ਕੋਈ ਡਿਫਰੈਂਟ ਜਾਇ ਨੇ ਐਸ ਲਈ ਕਿ ਸਾਡੀ ਭੁੱਖ ਜੜੀ ਹੈ ਉਹ ਕਦੇ ਮੋਖਰ ਨਹੀਂ ਹੁੰਦੀ ਸਾਡੀ ਜਿਹੜੇ ਸਾਡੇ ਹਕੂਕ ਨੇ ਉਹ ਕਦੀ ਮੋਖਰ ਨਹੀਂ ਹੁੰਦੇ ਉਤੇ ਭਾਵੇਂ ਤੁਸੀਂ ਫਰਜ਼ ਦਾ ਜਿਹੜਾ ਹੈ ਉਹ ਇੱਕ ਤੂੜਾ ਬਨ ਕੇ ਪਾ ਦਿਓ ਫਰਜ਼ ਦਾ ਵਟਾ ਰੱਖ ਦਿਓ ਫਰਜ਼ ਦਾ ਉਤੇ ਜੋ ਮਰਜ਼ੀ ਤੁਸੀਂ ਗਾੜਾ ਸ਼ਤੀਰ ਰੱਖ ਦਿਓ ਕਿ ਉਹਦਾ ਭਾਰਤੇ ਰਹਿੰਦਾ ਉਹ ਬੱਲੇ ਸਾਨੂੰ ਚੁਕਣੀ ਪੈਂਦੀ ਹੈ ਪਰ ਜਿਹੜੇ ਸਾਡੇ ਹਕੂਕ ਨੇ ਉਹ ਹਮੇਸ਼ਾ ਮੋਖਰੀ ਹੋਏ ਰਹਿੰਦੇ ਨੇ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਉਤਲੇ ਫਰਮਾਂਦੇ ਨੇ 1947 ਤੋਂ ਲੈ ਕੇ ਹੁਣ ਤੱਕ ਮੈਂ ਤੁਹਾਨੂੰ ਇਹ ਦੇ ਦੇਵਾਂਗਾ ਮੈਂ ਤੁਹਾਨੂੰ ਉਹ ਦੇ ਦੇਵਾਂਗਾ ਮੈਂ ਫਲਾ ਕਰ ਦੇਵਾਂਗਾ ਮੈਂ ਟਮਕਾਂ ਕਰ ਦੇਵਾਂਗਾ ਉਹ ਵਾਦੇ ਉਹ ਦਾਵੇ ਉਹ ਨਾਰੇ ਉਹ ਕੀ ਕਹਿੰਦੇ ਨੇ ਕਿ ਦਾਣਾ ਸੁੱਟ ਗਿਆ ਨਹੀਂ ਕੁਕੜੀ ਨੂੰ ਫਜ਼ਾਈਦਾ ਇਹ ਸਾਰੀਆਂ ਗੱਲਾਂ ਹੋ ਜਈਆਂ ਨੇ ਕਿ ਜਿਹਦੇ ਵਿੱਚ ਹਰਸ਼ਾ ਜੜੀ ਹੈ ਉਹਦਾ ਵਾਦਾ ਕਰਦੇ ਨੇ ਤੇ ਫੇਰ ਕਹਿੰਦੇ ਨੇ ਇਹ ਅਸੀਂ ਮੋਕਾ ਛੱਡੀ ਹੈ ਉਸ ਤੋਂ ਬਾਅਦ ਫੇਰ ਫੇਰ ਅਲਾਨ ਹੁੰਦਾ ਉਹਨਾਂ ਦਾ ਟੱਲੀ ਵਜਾ ਕੇ ਪੀਪਾ ਖੜਕਾ ਕੇ ਢੋਲ ਵਜਾ ਕੇ ਕਿ ਇਹ ਅਸੀਂ ਖਤਮ ਨਹੀਂ ਕੀਤੀ ਇਹ ਅਸੀਂ ਮੁਖਰ ਕਰਤੀ ਹੈ ਤੇ ਗੱਲ ਫੇਰ ਉੱਥੇ ਹੀ ਆ ਕੇ ਰੁਕ ਜਾਂਦੀ ਹੈ ਅੱਗੇ ਟਾਂਗਾ ਆ ਗਿਆ ਕਚਹਿਰੀਓਂ ਖਾਲੀ ਤੇ ਸੱਜਣਾ ਨੂੰ ਕਹਿਤ ਬੋਲ ਪਈ ਕਿ ਅਸੀਂ ਸਿਰਫ ਵਾਧਿਆਂ ਤੇ ਦਾਵਿਆਂ ਤੇ ਨਾਰਿਆਂ ਤੇ ਖੁਸ਼ ਰਹਿਨੇ ਆ ਸਾਨੂੰ ਰੋਟੀ ਦੀ ਲੋੜ ਨਹੀਂ ਪੈਂਦੀ ਅਸੀਂ ਭੁੱਖ ਚ ਕੁਲ ਕੇ ਮਰ ਜਾਂਦੇ ਆ ਪਰ ਖੁਸ਼ ਰਹਨੇ ਆ ਕਿ ਵੇਖੋ ਯਾਰ ਉਹਨਾਂ ਨੇ ਕਿੰਨੀਆਂ ਸਾਨੂੰ ਸਹੂਲਤਾਂ ਦਿੱਤੀਆਂ ਨੇ تعلیم ਦੀਆਂ ਸਾਡੀਆਂ ਸਿਹਤ ਦੀਆਂ ਰੋਟੀ ਕਪੜਾ ਮਕਾਨ ਦੀਆਂ ਰੋਜ਼ਗਾਰ ਦੀਆਂ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਦੇ ਰਹੇ ਨੇ ਪਰ ਫਿਰ ਅਰਜ਼ੀ ਤੌਰ ਤੇ ਮੋਖਰ ਕੀਤਾ ਹੈ ਤੇ 1947 ਤੋਂ ਲੈ ਕੇ ਹੁਣ ਤੱਕ ਹਰ ਸਾਲ ਮੋਖਰ ਹੋ ਰਹੀ ਹੈ ਤੇ ਭੁੱਖ ਜਿਹੜੀ ਹੈ ਉਹ ਸਾਡੇ ਭਾਵੇਂ ਅੰਦਰ ਦੀ ਹੋਵੇ ਉਹ ਪੁਖ ਭਾਵੇਂ ਸਾਡੇ ਬਾਹਰ ਦੀ ਹੋਵੇ ਸਮਝ ਨਹੀਂ ਆਉਂਦੀ ਯਾਰ ਇਹ ਪੁਖ ਮੋਖਰ ਕਿਉਂ ਨਹੀਂ ਹੁੰਦੀ ਇਹ ਨਾ ਇਨਸਾਫੀ ਦੇ ਜਿਹੜੇ ਅਸੂਲ ਨੇ ਇਹ ਮੋਖਰ ਕਿਉਂ ਨਹੀਂ ਹੁੰਦੇ ਇਹ ਆਦਮੇ ਮੁਸਾਬਾ ਦੇ ਜਿਹੜੇ ਝਗੜੇ ਨੇ ਮੋਖਰ ਕਿਉਂ ਨਹੀਂ ਹੁੰਦੇ ਇਹ ਸਮਾਜਿਕ ਨਾ ਬਰਾਬਰੀ ਜਿਹੜੀ ਹੈ ਇਹ ਮੋਖਰ ਕਿਉਂ ਨਹੀਂ ਹੁੰਦੀ ਸਿਰਫ ਮੋਖਰ ਹੋ ਲਈ ਅਸੀਂ ਰਹਿ ਗਏ ਯਾਰ ਦੱਸੋ ਖਾ ਤੁਸੀਂ ਗੱਲ ਨਿੱਕੀ ਜਾਈ ਆਹੇ ਆਹੇ ਯਾਰ ਫਰੂਕਾ ਕੀ ਬਨੇਗਾ ਇਸ ਦੁਨੀਆ ਦਾ ਮੈਨੂੰ ਤਾਂ ਕੋਈ ਸਮਝ ਨਹੀਂ ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ ਕਹਾਣੀ ਬੰਨੇ ਲਾਓ ਗੱਲ ਨਿੱਕੀ ਜਾਈ ਯਾਰ ਫਰੂਕਾ ਕੀ ਬਨੇਗਾ ਇਸ ਦੁਨੀਆ ਦਾ ਗੱਲ ਨਿੱਕੀ ਜਾਈ